ਤੇ 1900 ਮੰਨ ਲਓ 87 ਦੇ ਵਿੱਚ ਇੱਕ ਲੜਕੀ ਸੀ ਜਗਿੰਦਰ ਕੌਰ ਹਰਸੀ ਪਿੰਡ ਤੋਂ, ਠੀਕ ਹੈ ਜੀ, ਪੰਜਵੀਂ ਛੇਵੀਂ ਦੀ ਲੜਕੀ ਸੀ ਉਸ ਵੇਲੇ, ਠੀਕ ਹੈ, ਉਹ ਮੈਨੂੰ ਇੱਥੋਂ ਜਾਂਦੀ ਜਾਂਦੀ ਕਹਿੰਦੀ ਵੀ ਮੈਂ ਤੁਹਾਡੇ ਕੋਲ ਨਾਲ ਪ੍ਰੈਕਟਿਸ ਕਰਿਆ ਕਰਨੀ ਹੈ, ਠੀਕ ਹੈ ਜੀ, ਤੇ ਮੈਂ ਉਹਨੂੰ ਉੱਦਾਂ ਹੀ ਕਹਿਤਾ, ਮੈਂ ਕਿਹਾ ਚੱਲ ਆ ਜਾ ਕਰ। ਅੱਛਾ ਜੀ, ਉਹ ਮੈਂ ਉਹਨੂੰ ਨਹੀਂ ਜਾਣਦਾ, ਉਹ ਮੈਨੂੰ ਨਹੀਂ ਜਾਣਦੀ, ਉਹ ਆ ਗਈ। ਜਦੋਂ ਆ ਗਈ ਤਾਂ ਉਸੇ ਸਾਲ ਉਹ ਆਪਣੇ ਨੈਸ਼ਨਲ ਖੇਲ ਗਈ, ਪੰਜਾਬ ਚੋਂ ਸੈਕੰਡ ਆਈ, ਜ਼ਿਲ੍ਹੇ ਚੋਂ ਫਸਟ ਸੀਗੀ, ਉਹ ਨੈਸ਼ਨਲ ਖੇਲ ਗਈ। ਮੇਰੇ ਦਿਮਾਗ 'ਚ ਇਹ ਗੱਲ ਆਈ ਵੀ ਮੈਂ ਇਹਦਾ ਮਤਲਬ ਕੋਚਿੰਗ ਕਰ ਸਕਦਾ। ਚਲੋ ਮੈਂ ਅਤੇ ਮੈਂ ਆਪਣਾ ਪ੍ਰੈਕਟਿਸ ਤਾਂ ਛੱਡ ਦਿੱਤੀ, ਕੋਚਿੰਗ ਕਰਨੀ ਸ਼ੁਰੂ ਕਰਤੀ, ਜਿਹੜਾ ਕਰਤੀ ਉਹ ਫਿਰ ਦੇਖ ਲਓ ਵੀ ਹੰਗਰੀ ਸਪੇਨ ਮੇਰਾ ਕੋਈ ਵਰਲਡ ਕਰਾਸ ਕਰਨ ਦੀ ਖੇਡੀ, ਨਾਲ ਉਹਦੇ ਆਸ਼ਾ ਰਾਣੀ ਸੀ ਜਿਹੜੀ ਪੰਜਾਬ ਪੁਲਿਸ ਇੰਸਪੈਕਟਰ ਆ, ਠੀਕ ਹੈ, ਅਤੇ ਉਹ ਤੋਂ ਬਾਅਦ ਫਿਰ ਮੇਰੇ ਨਾਲ ਬੱਚੇ ਕਾਫੀ ਜੁੜ ਗਏ। ਅੱਛਾ ਜੀ, ਫਿਰ ਨਾ ਹਾਂਜੀ, ਤੇ ਜਦੋਂ ਤੁਸੀਂ ਪ੍ਰੈਕਟਿਸ ਉਹਨੂੰ ਆਸ਼ਾ ਜਿਹੜੇ ਤੁਸੀਂ ਤੁਹਾਡੇ ਕੋਲ ਪਹਿਲੇ ਜਗਿੰਦਰ ਕੌਰ ਜੀ ਆਏ, ਸਭ ਤੋਂ ਪਹਿਲਾਂ ਜਗਿੰਦਰ ਕੌਰ, ਤੇ ਜਦੋਂ ਜਗਿੰਦਰ ਕੌਰ ਜੀ ਆਏ ਸੀਗੇ ਜਦੋਂ ਉਹਨਾਂ ਨੇ ਪਹਿਲੀ ਵਾਰੀ ਇੰਟਰਨੈਸ਼ਨਲ ਲੈਵਲ ਖੇਡਿਆ ਹੈ ਨਾ, ਹਾਂਜੀ, ਤੇ ਉਸ ਟਾਈਮ 'ਤੇ ਜਦੋਂ ਤੁਹਾਡਾ ਵੀ ਮਾਨਸਿਕ ਲੈਵਲ ਹਾਈ ਹੋ ਗਿਆ ਨਾ ਵੀ ਮੇਰੇ ਖਿਡਾਏ ਹੋਏ ਬੱਚੇ ਗਾਹ ਖੇਡ ਸਕਦੇ ਆ? ਦੇਖੋ, ਇੱਕ ਕੋਚ ਨੂੰ ਵਿਸ਼ਵਾਸ ਹੋ ਜਾਂਦਾ ਆਪਣੇ ਆਪ 'ਤੇ ਵੀ ਇਹਦਾ ਮਤਲਬ ਜੋ ਮੈਂ ਕਰ ਰਿਹਾ ਉਹ ਸਹੀ ਕਰ ਰਿਹਾ ਜੀ, ਇਹ ਸਹੀ ਕਰ ਰਿਹਾ, ਮਤਲਬ ਮੈਂ ਆਪਣੇ ਸਹੀ ਰਸਤੇ 'ਤੇ ਚੱਲ ਰਿਹਾ ਜੀ। ਉਹ ਤੋਂ ਬਾਅਦ ਹੁਣ ਤੱਕ ਆਪਾਂ ਕੋਸਾ ਕਿੰਨੇ ਕੁ ਬੱਚਿਆਂ ਨੂੰ ਟ੍ਰੇਨ ਕਰ ਚੁੱਕੇ ਆ? ਦੇਖੋ, ਹੁਣ ਹਜ਼ਾਰਾਂ ਦੀ ਗਿਣਤੀ ਵਿੱਚ ਮੈਂ ਬੱਚੇ ਤਿਆਰ ਕੀਤੇ ਆ, ਠੀਕ ਹੈ ਜੀ, ਤੇ ਤਕਰੀਬਨ 38 ਸਾਲ ਮੈਨੂੰ ਹੋ ਗਏ ਕੋਚਿੰਗ ਕਰਦੇ ਨੂੰ ਜੀ। 36 ਸਾਲ ਦੇ ਵਿੱਚ 15-16 ਹਜ਼ਾਰ ਰੁਪਏ ਮੇਰਾ ਮੈਡਲ ਆ ਬੱਚਿਆਂ ਦਾ ਨੈਸ਼ਨਲ ਤੋਂ, ਠੀਕ ਹੈ ਜੀ, 17 ਮੈਡਲ ਮੇਰੇ ਇੰਟਰਨੈਸ਼ਨਲ ਪੱਧਰ, ਠੀਕ ਹੈ ਜੀ। ਤੇ ਕੋਚ ਸਾਹਿਬ, ਜਿੰਨੇ ਆਪਾਂ ਹੁਣ ਪੁੱਤਰ ਪ੍ਰੈਕਟਿਸ ਕਰਾਈ ਆ ਬੱਚਿਆਂ ਨੂੰ, ਤੁਹਾਡੇ ਖੜਾਏ ਹੋਏ ਬੱਚੇ ਹੁਣ ਤੱਕ ਕਿਹੜੇ ਕਿਹੜੇ ਅਹੁਦਿਆਂ ਦੇ ਉੱਤੇ ਪੁੱਜੇ ਆ? ਦੇਖੋ, ਮੇਰੇ ਜਿਹੜੇ ਟ੍ਰੇਨੀ ਆ ਨਾ ਉਹ SP ਰੈਂਕ ਤੱਕ ਪਹੁੰਚੇ। ਅੱਛਾ ਜੀ, ਵੱਖ ਵੱਖ ਜਿੱਦਾਂ CRP, BASF, ਆਰਮੀ, ਮਤਲਬ ਸਾਰੇ ਡਿਪਾਰਟਮੈਂਟ 'ਚ ਮੇਰੇ ਬੱਚੇ ਗਏ ਆ। ਇਹ ਵੀ ਕੱਲ ਮੈਂ ਪੰਜਾਬ ਵਿੱਚ ਹੀ ਆ ਜੀ, ਉਹਦੇ ਵਿੱਚ CRP 'ਚ ਵੀ ਕਮਾਂਡੈਂਟ ਬਣੇ ਆ ਜੀ, ਇਹ ਬਾਕੀ ਜਿੱਦਾਂ ਸਾਡਾ ਮੀਡੀਆ ਅਖਬਾਰਾਂ ਆ ਉਹਨਾਂ ਨੇ ਵੀ, ਜਿੱਦਾਂ ਵਰਿੰਦਰ ਪੰਜੀ ਆ, ਕੁਲਵੀਰ ਕੰਗ ਆਪਣੇ ਕੁਲਵੀਰ ਸਿੰਘ ਗਰਾਇਆ, ਇਹਨਾਂ ਨੇ ਮੈਨੂੰ ਪੱਤਰਕਾਰ ਮੰਚ ਆ, ਦੂਜਾ ਇਨਕਲਾਬ ਮੰਚ ਹੈਗਾ, ਇਹਨਾਂ ਨੇ ਵੀ ਮੈਨੂੰ ਕਾਫੀ ਇੱਕ ਵਧੀਆ ਅਥਲੀਟ ਨੂੰ ਕਿਹੋ ਜਿਹੀ ਖੁਰਾਕ ਚਾਹੀਦੀ ਹੈਗੀ ਆ ਸਾਡੇ ਦਰਸ਼ਕ ਵੀਰਾਂ ਨੂੰ? ਪੰਜਾਬੀ ਰੰਗ ਟੀਵੀ, ਮੈਂ ਹਰਪ੍ਰੀਤ ਸਿੰਘ ਮੁਣਕ ਤੁਹਾਡਾ ਸਵਾਗਤ ਕਰਦਾ। ਦੋਸਤੋ, ਅੱਜ ਆਪਾਂ ਪੁੱਜੇ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਟਾਂਡਾ ਦੇ ਵਿੱਚ, ਜਿੱਥੇ ਕਿ ਖੇਡਾਂ ਵਤਨ ਪੰਜਾਬ ਦੀਆਂ ਖੇਡਾਂ ਹੋ ਰਹੀਆਂ ਹੈਗੀਆਂ, ਔਰ ਜੋ ਅੱਜ ਟਾਂਡਾ ਦੇ ਵਿੱਚ ਅਥਲੈਟਿਕ ਕੋਚ ਆ ਉਹਨਾਂ ਦੇ ਨਾਲ ਆਪਾਂ ਤੁਹਾਡੀ ਗੱਲਬਾਤ ਕਰਾਵਾਂਗੇ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਬਹੁਤ ਸਾਰਾ ਵੱਡਾ ਹਿੱਸਾ ਖੇਡਾਂ ਦੇ ਲੇਖੇ ਲਾਇਆ ਹੈਗਾ। ਜ਼ਿਆਦਾ ਸਫਲਤਾ ਲੈਂਦੇ ਹੋਏ ਸਾਡੇ ਨਾਲ ਮੌਜੂਦ ਆ ਸਰਦਾਰ ਕੁਲਵੰਤ ਸਿੰਘ ਜੀ। ਕੁਲਵੰਤ ਸਿੰਘ ਜੀ, ਤੁਹਾਡਾ ਸਾਡੇ ਪੰਜਾਬੀ ਰੰਗ ਟੀਵੀ 'ਤੇ ਬਹੁਤ ਬਹੁਤ ਸਵਾਗਤ ਆ ਜੀ। ਧੰਨਵਾਦ ਜੀ, ਸ਼ੁਕਰੀਆ। ਕੋਚ ਸਾਹਿਬ, ਆਪਾਂ ਇੱਥੇ ਜਦੋਂ ਤੁਸੀਂ ਪ੍ਰੈਕਟਿਸ ਕਰਾਉਂਦੇ ਹੋ, ਕਿੰਨਾ ਕੁ ਸਮਾਂ ਹੋ ਗਿਆ ਆਪਾਂ ਨੂੰ ਇਸ ਗਰਾਊਂਡ ਦੇ ਨਾਲ ਜੁੜਿਆ ਹੋਇਆ ਨੂੰ? ਮੈਨੂੰ 36 ਸਾਲ ਇੱਥੇ ਲਗਾਤਾਰ ਹੋ ਗਿਆ ਜੀ। ਓਕੇ ਜੀ, ਇੱਥੇ 36 ਸਾਲ ਤੋਂ ਮੈਂ ਇੱਥੇ ਕੋਚਿੰਗ ਕਰ ਰਿਹਾ। 36 ਸਾਲ ਪਹਿਲਾਂ ਜਦੋਂ ਤੁਸੀਂ ਕੋਚਿੰਗ ਦੀ ਸ਼ੁਰੂਆਤ ਕੀਤੀ ਸੀ ਇੱਥੇ, ਹਾਂਜੀ, ਉਸ ਟਾਈਮ ਤੇ ਬੱਚੇ ਕਿੰਨੇ ਕੁ ਸੀਗੇ ਤੁਹਾਡੇ ਕੋਲ ਆਉਂਦੇ? ਮੈਂ ਆਪਣੀ ਪੈਟਾ ਕਰਦਾ ਹੁੰਦਾ ਸੀ। ਅੱਛਾ ਜੀ, ਤੇ 1900 ਮੰਨ ਲਓ 87 ਦੇ ਵਿੱਚ ਇੱਕ ਲੜਕੀ ਸੀ ਜਗਿੰਦਰ ਕੌਰ ਹਰਸੀ ਪਿੰਡ ਤੋਂ, ਠੀਕ ਹੈ ਜੀ, ਪੰਜਵੀਂ ਛੇਵੀਂ ਦੀ ਲੜਕੀ ਸੀ ਉਸ ਵੇਲੇ, ਠੀਕ ਹੈ ਜੀ, ਤੇ ਉਹ ਮੈਨੂੰ ਇੱਥੋਂ ਜਾਂਦੀ ਜਾਂਦੀ ਕਹਿੰਦੀ ਵੀ ਮੈਂ ਤੁਹਾਡੇ ਕੋਲ ਨਾਲ ਪ੍ਰੈਕਟਿਸ ਕਰਿਆ ਕਰਨੀ ਹੈ, ਠੀਕ ਹੈ ਜੀ, ਤੇ ਮੈਂ ਉਹਨੂੰ ਉੱਦਾਂ ਹੀ ਕਹਿਤਾ, ਮੈਂ ਕਿਹਾ ਚੱਲ ਆ ਜਾ ਕਰ। ਅੱਛਾ ਜੀ, ਉਹ ਮੈਂ ਉਹਨੂੰ ਨਹੀਂ ਜਾਣਦਾ, ਉਹ ਮੈਨੂੰ ਨਹੀਂ ਜਾਣਦੀ, ਉਹ ਆ ਗਈ। ਜਦੋਂ ਆ ਗਈ ਤਾਂ ਉਸੇ ਸਾਲ ਉਹ ਆਪਣੇ
ਨੈਸ਼ਨਲ ਖੇਲ ਗਈ। ਅੱਛਾ ਜੀ। ਪੰਜਾਬ ਚੋਂ ਸੈਕੰਡ ਆਈ। ਅੱਛਾ ਜੀ। ਜ਼ਿਲ੍ਹੇ ਚੋਂ ਫਸਟ ਸੀਗੀ। ਅੱਛਾ ਜੀ। ਉਹ ਨੈਸ਼ਨਲ ਖੇਲ ਗਈ। ਮੇਰੇ ਦਿਮਾਗ 'ਚ ਇਹ ਗੱਲ ਆਈ ਵੀ ਮੈਂ ਇਹਦਾ ਮਤਲਬ ਕੋਚਿੰਗ ਕਰ ਸਕਦਾ। ਅੱਛਾ ਜੀ। ਚਲੋ ਮੈਂ ਤੇ ਮੈਂ ਆਪਣਾ ਪੈਡ ਤਾਂ ਛੱਡ ਦਿੱਤੀ। ਠੀਕ ਹੈ। ਕੋਚਿੰਗ ਕਰਨੀ ਸ਼ੁਰੂ ਕਰਤੀ। ਅੱਛਾ ਜੀ। ਜਿਹੜਾ ਕਰਤੀ ਉਹ ਫਿਰ ਦੇਖ ਲਓ ਵੀ ਹੰਗਰੀ ਸਪੇਨ ਮੇਰਾ ਕੋਈ ਵਰਲਡ ਕਰਾਸ ਕਰਨੀ ਖੇਡੀ। ਓਕੇ ਜੀ। ਨਾਲ ਉਹਦੇ ਆਸ਼ਾ ਰਾਣੀ ਸੀ। ਅੱਛਾ ਜੀ। ਜਿਹੜੀ ਇਹ ਪੰਜਾਬ ਪੁਲਿਸ ਇੰਸਪੈਕਟਰ ਆ। ਠੀਕ ਹੈ ਜੀ। ਤੇ ਉਹ ਤੋਂ ਬਾਅਦ ਫਿਰ ਮੇਰੇ ਨਾਲ ਬੱਚੇ ਕਾਫੀ ਜੁੜਦੇ ਆ। ਅੱਛਾ ਜੀ। ਫਿਰ ਨਾ ਹਾਂਜੀ ਤੇ ਜਦੋਂ ਤੁਸੀਂ ਪ੍ਰੈਕਟਿਸ ਗਏ ਉਹਨੂੰ ਆਸ਼ਾ ਰਾ ਜਿਹੜੇ ਤੁਸੀਂ ਤੁਹਾਡੇ ਕੋਲ ਪਹਿਲੇ ਜਗਿੰਦਰ ਕੌਰ ਜੀ ਆਏ। ਹਾਂ ਫਿਰ ਤੋਂ ਪਹਿਲਾਂ ਜਗਿੰਦਰ ਕੌਰ। ਤੇ ਜਦੋਂ ਜਗਿੰਦਰ ਕੌਰ ਜੀ ਆਏ ਸੀਗੇ ਜਦੋਂ ਉਹਨਾਂ ਨੇ ਪਹਿਲੀ ਵਾਰੀ ਇੰਟਰਨੈਸ਼ਨਲ ਲੈਵਲ ਖੇਲੇ ਹਨਾ। ਹਾਂਜੀ। ਤੇ ਉਸ ਟਾਈਮ ਤੇ ਜਦੋਂ ਤੁਹਾਡਾ ਵੀ ਮਾਨਸਿਕ ਲੈਵਲ ਹਾਈ ਹੋ ਗਿਆ ਨਾ ਵੀ ਮੇਰੇ ਖਿਡਾਏ ਹੋਏ ਬੱਚੇ ਗਾਹ ਖੇਡ ਸਕਦੇ ਆ। ਦੇਖੋ ਇੱਕ ਕੋਚ ਨੂੰ ਵਿਸ਼ਵਾਸ ਹੋ ਜਾਂਦਾ ਆਪਣੇ ਆਪ ਤੇ ਵੀ ਇਹਦਾ ਮਤਲਬ ਜੋ ਮੈਂ ਕਰ ਰਿਹਾ ਉਹ ਸਹੀ ਕਰ ਰਿਹਾ। ਜੀ। ਤੇ ਸਹੀ ਕਰ ਰਿਹਾ ਮਤਲਬ ਮੈਂ ਆਪਣੇ ਸਹੀ ਰਸਤੇ ਤੇ ਚੱਲ ਰਿਹਾ। ਜੀ। ਉਸ ਤੋਂ ਬਾਅਦ ਹੁਣ ਤੱਕ ਆਪਾਂ ਕੋਸਾ ਕਿੰਨੇ ਕੁ ਬੱਚੇ ਨੂੰ ਟ੍ਰੇਨ ਕਰ ਚੁੱਕੇ ਆ? ਦੇਖੋ ਹੁਣ ਹਜ਼ਾਰਾਂ ਦੀ ਗਿਣਤੀ ਵਿੱਚ ਮੈਂ ਬੱਚੇ ਤਿਆਰ ਕੀਤੇ ਆ। ਠੀਕ ਹੈ ਜੀ। ਤੇ ਤਕਰੀਬਨ 38 ਸਾਲ ਮੈਨੂੰ ਹੋ ਗਏ ਕੋਚਿੰਗ ਕਰਦੇ ਨੂੰ। ਜੀ। 38 ਸਾਲ ਦੇ ਵਿੱਚ 15-16 ਹਜ਼ਾਰ ਰੁਪਏ ਮੇਰਾ ਮੈਡਲ ਆ ਬੱਚਿਆਂ ਦਾ ਨੈਸ਼ਨਲ ਤੋਂ। ਠੀਕ ਹੈ ਜੀ। 17 ਮੈਡਲ ਮੇਰੇ ਇੰਟਰਨੈਸ਼ਨਲ ਪੱਧਰ ਤੇ ਨੇ। ਠੀਕ ਹੈ ਜੀ। ਤੇ ਕੋਚ ਸਾਹਿਬ ਜਿੰਨੇ ਆਪਾਂ ਹੁਣ ਤੱਕ ਪ੍ਰੈਕਟਿਸ ਕਰਾਈ ਆ ਬੱਚਿਆਂ ਨੂੰ, ਤੁਹਾਡੇ ਖੜਾਏ ਹੋਏ ਬੱਚੇ ਹੁਣ ਤੱਕ ਕਿਹੜੇ ਕਿਹੜੇ ਅਹੁਦਿਆਂ ਦੇ ਉੱਤੇ ਪੁੱਜੇ ਆ? ਦੇਖੋ ਮੇਰੇ ਜਿਹੜੇ ਟ੍ਰੇਨੀ ਆ ਨਾ ਉਹ SP ਰੈਂਕ ਤੱਕ ਪਹੁੰਚੇ। ਅੱਛਾ ਜੀ। ਵੱਖ ਵੱਖ ਜਿੱਦਾਂ CRP, BSF, ਆਰਮੀ ਮਤਲਬ ਸਾਰੇ ਡਿਪਾਰਟਮੈਂਟ 'ਚ ਮੇਰੇ ਬੱਚੇ ਗਏ ਆ। ਇਹ ਨਹੀਂ ਵੀ ਇਕੱਲਾ ਮੈਂ ਪੰਜਾਬ ਪੁਲਿਸ ਹੀ ਆ। ਜੀ। ਉਹਦੇ ਵਿੱਚ ਜੇ CRP 'ਚ ਵੀ ਕਮਾਂਡੈਂਟ ਬਣੇ ਆ। ਜੀ। ਇਹ ਹਰ ਡਿਪਾਰਟਮੈਂਟ ਵਿੱਚ ਮੇਰੇ ਬੱਚੇ ਸਾਰੇ। ਅੱਛਾ ਕੋਚ ਸਾਹਿਬ ਸਾਡਾ ਇੱਕ ਅਹਿਮ ਸਵਾਲ ਹੈਗਾ ਕਿ ਜਿਵੇਂ ਕਿ ਪਿੱਛੇ ਜੇ ਰੀਸੈਂਟਲੀ 올림픽 ਗੇਮਾਂ ਹੋ ਕੇ ਹਟੀਆਂ। ਹਾਂਜੀ। ਸਾਡੇ ਇੰਡੀਅਨ ਖਿਡਾਰੀਆਂ ਦਾ 올림픽 ਦੇ ਵਿੱਚ ਐਥਲੈਟਿਕ ਦੇ ਵਿੱਚ ਬਹੁਤ ਘੱਟ ਗੋਲਡ ਮੈਡਲ ਆ ਰਿਹਾ ਹੈਗਾ ਜਾਂ ਉਹ ਕੁਆਲੀਫਾਈ ਨਹੀਂ ਕਰਦੇ ਉੱਥੇ ਤੱਕ, ਉਹ ਕੀ ਕਾਰਨ ਆ ਜੀ? ਦੇਖੋ ਹੁਣ ਸਾਡਾ ਜਿਹੜਾ ਪਹਿਲੇ ਪਹਿਲੇ ਨਾਲ ਇੰਪਰੂਵ ਹੋਈ ਆ, ਇਹ ਨਹੀਂ ਕਿ ਸਾਡੇ 올림픽 ਤੱਕ ਪਹੁੰਚੇ ਆ। ਨੀਰਜ ਚੋਪੜੇ ਦਾ ਗੋਲਡ ਆਇਆ ਆ ਜੀ, ਮਿਲਖਾ ਸਿੰਘ ਪਹੁੰਚਿਆ, PT ਊਸ਼ਾ ਉੱਥੇ ਪਹੁੰਚੇ ਆ, ਆਪਣੇ ਦੋ ਤਿੰਨ ਆਪਣੇ ਰਣਜੀਤ ਸਿੰਘ ਵਾਕਰ ਉਹ ਵੀ ਫਾਈਨਲ ਤੱਕ ਪਹੁੰਚੇ ਆ ਜੀ। ਇਸ ਕਰਕੇ ਹੁਣ ਸਾਡੀ ਇੰਪਰੂਵਮੈਂਟ ਆ ਰਹੀ ਹੈ, ਕੋਈ ਨਹੀਂ ਜੇ ਹੁਣ ਸ਼ੁਰੂਆਤ ਹੋਈ ਆ ਤੇ ਅੱਗੇ ਵੀ ਵਧਾਂਗੇ ਜੀ। ਤੇ ਬਹੁਤ ਘੱਟ ਸਾਡੇ ਪਲੇਅਰ ਜਿਹੜੇ ਆ ਅੱਜ ਕੱਲ ਖੇਡਾਂ ਵੱਲ ਆ ਰਹੇ ਹੈਗੇ ਆ, ਇਹਦਾ ਕੀ ਕਾਰਨ ਹੈ? ਕਿਉਂਕਿ ਅੱਜ ਕੱਲ ਦੀ ਜੋ ਨੌਜਵਾਨ ਪੀੜ੍ਹੀ ਹੈਗੀ ਆ ਉਹ ਜ਼ਿਆਦਾਤਰ ਨਸ਼ਿਆਂ ਦੇ ਵਿੱਚ ਗੁਲਤਾਨ ਹੋ ਰਹੀ ਹੈਗੀ ਆ, ਔਰ ਉਹਦੇ ਵਿੱਚੋਂ ਕੋਈ 100 ਜੇਕਰ 100 ਬੱਚਾ ਪ੍ਰੈਕਟਿਸ ਕਰਦਾ ਹੈਗਾ ਉਹਦੇ ਵਿੱਚੋਂ 20-25% ਹੀ ਬੱਚੇ ਗਾਹ ਜਾ ਰਹੇ ਹੈਗੇ ਆ, ਤੇ ਬਾਕੀ ਉੱਥੇ ਕੀ ਰਹੀ ਜਾਂਦੇ? ਕੀ ਕਾਰਨ ਸਮਝਦੇ ਹੋ? ਇਹਦਾ ਕਾਰਨ ਸਾਨੂੰ ਮੋਬਾਈਲ ਨੇ ਪਟ ਲਿਆ ਜੀ। ਮੋਬਾਈਲ ਬੱਚੇ ਛੱਡਦੇ ਨਹੀਂ ਜੀ, ਜੇ ਮੋਬਾਈਲ ਛੱਡੇਗਾ ਤਾਂ ਗਰਾਊਂਡ ਜਾਣਗੇ। ਸਹੀ ਗੱਲ ਹੈ, ਇਹ ਗੱਲ ਉੱਤੇ ਗੇਮਾਂ ਖੇਲੀ ਜਾਂਦੇ ਆ ਤੇ ਆਪਣੀ ਜਿਹੜੀ ਸਾਡੀ ਪੰਜਾਬੀ ਆ ਜਿਹੜੀ ਫਿਟਨੈਸ ਆ ਨਾ ਉਹ ਖਤਮ ਹੋ ਚੁੱਕੀ ਆ, ਅਨਵੈਲਸ ਹੋ ਗਈ। ਤੁਸੀਂ ਲਾ ਲਓ ਵੀ ਸਾਡੇ ਹੁਣ ਜਿਹੜੇ ਪ੍ਰਵਾਸੀ ਆਏ ਹੋ ਨਾ ਉਹਨਾਂ ਦੇ ਬੱਚੇ ਸਾਡੀ ਬੰਦਿਆਂ ਨਾਲ ਜ਼ਿਆਦਾ ਫਿੱਟ ਆ। ਨਹੀਂ ਉਹ ਤਾਂ ਹੈਗਾ। ਦੂਜਾ ਕਾਰਨ ਹੈਗਾ ਵੀ ਜਿਹੜੀ ਸਾਡੇ ਪ੍ਰਾਈਵੇਟ ਸਕੂਲ ਆ ਨਾ ਜੀ ਉਹ ਬਹੁਤਾ ਇਧਰ ਨੂੰ ਧਿਆਨ ਨਹੀਂ ਦਿੰਦੇ ਹੈਗੇ ਜੀ, ਠੀਕ ਆ, ਉਹਦੇ ਕਰਕੇ ਵੀ ਥੋੜੀ ਹਾਰੇ ਉਹ ਉਹਨਾਂ ਕੀ ਰੱਖਦੇ ਦਾਰਾ ਜਾਂ ਜਿੰਨੇ ਕੋਲ ਉਹਨਾਂ ਨੂੰ ਲੋੜ ਹੈਗੀ ਆ ਜੀ, ਠੀਕ ਆ। ਇਹ ਤਾਂ ਸਾਰੇ ਜਿੰਨੇ ਸਕੂਲ ਆ ਉਹ ਸਰਕਾਰੀ ਸਕੂਲ ਆ ਚਾਹੇ ਉਹ ਪ੍ਰਾਈਵੇਟ ਸਕੂਲ ਆ, ਜਿੰਨਾ ਚਿਕਰ ਅਸੀਂ ਆ ਪੰਜਾਬੀ ਆਪਣੀ ਫਿਟਨੈਸ ਨੂੰ ਧਿਆਨ ਨਹੀਂ ਧਿਆਨ ਦਿੰਦੇ ਅਸੀਂ ਅੱਗੇ ਨਹੀਂ ਵਧ ਸਕਦੇ ਜੀ। ਅੱਛਾ ਕੋਚ ਸਾਹਿਬ ਇੱਕ ਤੁਹਾਨੂੰ ਹੋਰ ਸਾਡਾ ਅਹਿਮ ਸਵਾਲ ਹੈਗਾ ਕਿ ਉਹ ਕਿਹੜੇ ਕਿਹੜੇ ਵੀਰ ਭੈਣ ਹੈਗੇ ਜਿਨ੍ਹਾਂ ਨੇ ਤੁਹਾਨੂੰ ਇਸ ਗਰਾਊਂਡ ਨੂੰ ਸਾਂਭਣ ਵਾਸਤੇ ਤੁਹਾਨੂੰ ਉਤਸ਼ਾਹਿਤ ਕੀਤਾ ਕਿ ਕੋਚ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕਰਦੇ ਆ ਆਪਾਂ ਤੁਹਾਡੇ ਨਾਲ, ਉਹਨਾਂ ਵੀਰਾਂ ਭੈਣਾਂ ਦਾ ਤੁਸੀਂ ਸਾਡੇ ਕੈਮਰੇ ਉੱਤੇ ਵਾਈਫ ਸਨਾਪ ਜ਼ਰੂਰ ਲੈ ਸਕਦੇ ਆ ਵੀ ਜਿਹਨਾਂ ਜਿਨ੍ਹਾਂ ਤੁਹਾਡੀ ਸਪੋਰਟ ਕੀਤੀ? ਦੇਖੋ ਇਹ ਮੇਰਾ ਏਮ ਸੀਗਾ ਜੀ ਵੀ ਮੈਂ ਇੱਥੇ ਨਾ ਸਟੇਡੀਅਮ ਬਣਵਾਉਣਾ ਆ ਜੀ। ਚਲੋ ਇੱਕ ਬਣਿਆ ਵੀ ਆ ਜੀ, ਹਜੇ ਵੀ ਸਾਡਾ ਸਿੰਥੈਟਿਕ ਟ੍ਰੈਕ ਦੀ ਮਨਜ਼ੂਰੀ ਮਿਲ ਗਈ ਆ ਜੀ, ਉਹ ਹੁਣ ਇਸ ਸਾਈਟ ਤੇ ਬਣ ਜਾਣਾ ਆ ਜੀ। ਇੱਕ ਖੇਡੋ ਇੰਡੀਆ ਵੱਲੋਂ ਸਾਨੂੰ 11,83,00,000 ਰੁਪਇਆ ਉਹ ਵੀ ਮਨਜ਼ੂਰ ਹੋ ਗਿਆ ਆ ਜੀ, ਉਹਦੇ ਸਾਡੇ ਇੰਡੋਰ ਸਟੇਡੀਅਮ ਬਣ ਜਾਣਾ ਜੀ। ਠੀਕ ਆ ਜੀ। ਇੱਕ ਇਹ ਮੈਂ ਰੱਖ ਕੇ ਤੁਰਿਆ ਸੀ, ਇਹ ਨਹੀਂ ਸੀਗਾ ਵੀ ਲੈ ਵੀ ਮੇਰੀ ਕੋਈ ਤਾਰੀਫ ਕਰੂਗਾ ਜਾਂ ਮੈਨੂੰ ਕੋਈ ਅਵਾਰਡ ਚਾਹੀਦਾ, ਇਹ ਕਦੀ ਇਸ ਪਾਸੇ ਸੋਚਿਆ ਹੀ ਨਹੀਂ, ਨਾ ਮੈਂ ਹੁਣ ਵੀ ਨਹੀਂ ਸੋਚਦਾ ਜੀ। ਇਹ ਬਣਿਆ ਸੀ ਮੇਰੇ ਉਸ
ਏਮ ਨੂੰ ਬੂਟ ਪੈ ਰਿਹਾ ਜੀ। ਸਾਡੀ ਬਾਕੀ ਜਿੱਦਾਂ ਸਾਡਾ ਮੀਡੀਆ ਅਖਬਾਰਾਂ ਆ ਉਹਨਾਂ ਨੇ ਵੀ ਜਿੱਦਾਂ ਵਰਿੰਦਰ ਪੰਜੀ ਆ ਕੁਲਵੀਰ ਕੰਗ ਆਪਣੇ ਕੁਲਵੀਰ ਸਿੰਘ ਗਰਾਇਆ ਇਹਨਾਂ ਨੇ ਮੈਨੂੰ ਪੱਤਰਕਾਰ ਮੰਚ ਆ ਦੂਜਾ ਇਨਕਲਾਬ ਮੰਚ ਹੈਗਾ ਇਹਨਾਂ ਨੇ ਵੀ ਮੈਨੂੰ ਕਾਫੀ ਇੰਪਰੂਵ ਕੀਤਾ। ਕੋਚ ਸਾਹਿਬ ਇੱਕ ਵਧੀਆ ਅਥਲੀਟ ਨੂੰ ਕਿਹੋ ਜਿਹੀ ਖੁਰਾਕ ਚਾਹੀਦੀ ਹੈਗੀ ਆ ਸਾਡੇ ਦਰਸ਼ਕ ਵੀਰਾਂ ਨੂੰ ਉਹਦੇ ਬਾਰੇ ਵੀ ਤੁਸੀਂ ਜਾਣਕਾਰੀ ਦੇ ਸਕਦੇ ਹੋ ਤਾਂ ਜੋ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਬੱਚਾ ਇਸ ਵੀਡੀਓ ਨੂੰ ਦੇਖ ਕੇ ਵਧੀਆ ਖੁਰਾਕ ਤੁਹਾਡੇ ਕੋਲ ਕੋਚਿੰਗ ਲੈ ਕੇ ਹੋਰ ਵਧੀਆ ਪੱਧਰ ਤੇ ਜਾ ਸਕੇ। ਦੇਖੋ ਜਿਹੜੀ ਡਾਇਟ ਦਾ ਸਵਾਲ ਆ ਨਾ ਜੀ, ਅੱਜ ਇੱਕ ਕਹਾਵਤ ਆ ਕਿ ਜਿਹਦੇ ਘਰ ਛੋਲੇ ਆ ਉਹਦੇ ਦੰਦ ਹੈ ਨੀ ਜੀ, ਜਿਹੜੇ ਦੰਦ ਆ ਉਹਦੇ ਘਰ ਛੋਲੇ ਜੀ, ਠੀਕ ਆ ਨਾ, ਕਿਉਂਕਿ ਗਰੀਬ ਘਰ ਦਾ ਬੱਚਾ ਮਿਹਨਤ ਕਰਦਾ। ਜਿਹੜੇ ਬੱਚੇ ਨੂੰ ਸੱਤਵੀਂ ਵਿੱਚ ਮੋਟਰਸਾਈਕਲ ਮਿਲ ਗਿਆ ਤੁਹਾਡਾ ਕੀ ਖਿਆਲ ਉਹ ਪ੍ਰੈਕਟਿਸ ਕਰੂਗਾ? ਦੋ ਚਾਰ ਹੋਰ ਬਿਠਾ ਕੇ ਘੁੰਮੂਗਾ? ਇਸ ਦਾ ਡਾਇਟ ਇਹ ਆ ਵੀ ਜੋ ਹੱਥ ਹੁੰਦਾ ਪਹਿਲਾਂ ਖਾ ਲਓ ਬਸ, ਠੀਕ ਆ। ਜਿਹੜੀ ਹਾਈ ਲੈਵਲ ਦੀ ਡਾਇਟ ਆ ਉਹ ਤਾਂ ਬਾਅਦ ਦੀ ਗੱਲ ਆ, ਪਹਿਲਾਂ ਕਮ ਸੇ ਕਮ ਬੱਚੇ ਦਾ ਇੱਕ ਲੈਵਲ ਤਾਂ ਬਣਾਓ, ਠੀਕ ਆ ਨਾ। ਇਹ ਡਾਇਟ ਜੋ ਤੁਹਾਨੂੰ ਮਿਲਦਾ ਢਿੱਡ ਭਰਨਾ ਚਾਹੁੰਦਾ ਖਾ ਲਓ। ਅੱਛਾ ਕੋਚ ਸਾਹਿਬ, ਹੁਣ ਇੱਥੇ ਇਸ ਗਰਾਊਂਡ ਦੇ ਵਿੱਚ ਕਿੰਨੇ ਕੁ ਬੱਚੇ ਤੁਹਾਡੇ ਕੋਲ ਪ੍ਰੈਕਟਿਸ ਕਰ ਰਹੇ ਹੈਗੇ? ਐਲੇ 60 ਬੱਚੇ ਹੈਗੇ ਆ ਜਿਹੜੇ ਸਵੇਰੇ ਸ਼ਾਮ ਪ੍ਰੈਕਟਿਸ ਹੁੰਦੇ। ਸਵੇਰੇ ਕਿੰਨੇ ਕੁ ਵਜੇ ਆਪਾਂ ਪ੍ਰੈਕਟਿਸ ਸ਼ੁਰੂ ਕਰ ਦਿੰਦੇ ਆ? ਦੇਖੋ ਮੈਂ ਤਕਰੀਬਨ 4 ਕੁ ਵਜੇ ਤੇ ਗਰਾਊਂਡ 'ਚ ਪਹੁੰਚ ਜਾਣਾ ਜੀ। 1 ਘੰਟਾ ਆਪਣਾ ਲਾਈਦਾ ਜੀ, ਨਵੇਂ ਨਾਲ DSP ਪ੍ਰਭ ਸਿੰਘ ਹੁੰਦੇ ਆ ਜੀ, ਤੇ ਇੱਕ ਮੈਡਮ ਜੀਤਾ ਉਹ ਇਸ ਟਾਈਮ ਤੇ ਆਉਂਦੇ ਆ, ਡਾਕਟਰ ਨਰਿੰਦਰ ਹੋਣੀ ਆਉਂਦੇ ਆ ਤੇ ਅਸੀਂ 1 ਘੰਟਾ ਆਪਾਂ ਮੈਂ ਅਸੀਂ ਰਲ ਕੇ ਲਾਉਣਾ ਜੀ। 5 ਵਜੇ ਬੱਚੇ ਵੀ ਸਾਡੇ ਆ ਜਾਂਦੇ ਆ, 5 ਵਜੇ ਜਾਣ ਕੇ ਬੱਚੇ ਪਹੁੰਚ ਜਾਂਦੇ ਆ, ਤੇ ਉਹ ਫਿਰ ਉਸ ਤੋਂ ਬਾਅਦ ਫਿਰ ਉਹਨਾਂ ਦਾ ਸ਼ੁਰੂ ਹੁੰਦਾ, ਫਿਰ ਮੈਂ ਵਰਕ ਕਰਾਉਂਗਾ ਜੀ। ਤੇ ਜਿਹੜੇ ਵੇਲਦੇ ਬੱਚੇ ਗਾਹ ਆ ਗਏ, ਜਿਹੜੇ ਅਜੇ ਵੱਡੀਆਂ ਵੱਡੀਆਂ ਪੋਸਟਾਂ ਦੇ ਬੈਠੇ ਆ, ਉਹ ਤੁਹਾਨੂੰ ਜਦੋਂ ਮਿਲਣ ਆਉਂਦੇ ਆ ਆਪਣਾ ਸੀਨਾ ਕਾਫੀ ਚੌੜਾ ਹੁੰਦਾ ਕਿ ਸਾਡੇ ਖੜਾਏ ਹੋਏ ਬੱਚੇ ਅੱਜ ਵੱਡੀਆਂ ਵੱਡੀਆਂ ਪੋਸਟਾਂ ਦੇ ਬੈਠੇ? ਦੇਖੋ ਜਿੰਨੇ ਬੱਚੇ ਮੇਰੇ ਕੋਲ ਟ੍ਰੇਨਿੰਗ ਲੈ ਕੇ ਗਏ ਆ ਜਿਹੜੇ SP ਰੈਂਕ ਵੀ ਆ, ਮੈਨੂੰ ਇੱਕ ਗੱਲ ਦੀ ਬਹੁਤ ਖੁਸ਼ੀ ਆ ਵੀ ਚੱਲ ਆਪਾਂ ਲੈਣਾ ਦੇਣਾ ਦਾ ਕਿਉਂ ਕੁਛ ਨਹੀਂ ਜੀ 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 ਤੇ ਇੱਕ ਗੱਲ ਮੈਂ ਦੇਖੀ ਆ ਵੀ ਜਦੋਂ ਕਿਤੇ ਮੈਂ ਉਹਨਾਂ ਕੋਲ ਗਿਆ ਉਹਨਾਂ ਨੇ ਕਦੇ ਵੀ ਮੈਨੂੰ ਪਬਲਿਕ ਕੁਰਸੀ ਤੇ ਨਹੀਂ ਬਹਿਣ ਦਿੱਤਾ ਜੀ। ਜੇ ਨਾ ਵੀ ਮੇਰੇ ਨਾਲ ਗੱਲ ਕੀਤੀ ਉਹਨਾਂ ਨੇ ਹਮੇਸ਼ਾ ਆਪਣੇ ਬਰਾਬਰ ਕੁਰਸੀ ਲਾ ਕੇ ਮੇਰੇ ਨਾਲ ਜੀ। ਅੱਛਾ ਕੋਚ ਸਾਹਿਬ, ਜ਼ਿਆਦਾ ਸਾਡੇ ਦਰਸ਼ਕ ਵੀਰਾਂ ਨੂੰ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤੇ ਆ ਜੋ ਇਸ ਵੀਡੀਓ ਨੂੰ ਦੇਖ ਕੇ ਜਿਹੜੇ ਅੱਜ ਕੱਲ ਦੀ ਨਵੀਂ ਪਨੀਰੀ ਐਥਲੈਟਿਕ ਦੇ ਵਿੱਚ ਆਉਣਾ ਚਾਹੁੰਦੀ ਆ ਉਹਨਾਂ ਬਾਰੇ ਕੋਈ ਨਾ ਕੋਈ ਦੋ ਸ਼ਬਦ ਜ਼ਰੂਰ? ਦੇਖੋ ਮੈਂ ਤਾਂ ਇਹ ਚਾਹੇ ਮਾਂ ਪਿਆ ਚਾਹੇ ਸਕੂਲ ਟੀਚਰ ਆ ਉਹਨਾਂ ਨੂੰ ਇਹੀ ਕਹੂੰਗਾ ਵੀ ਤੁਸੀਂ ਆਪਣੇ ਬੱਚਿਆਂ ਨੂੰ ਸਪੋਰਟਸ ਨਾਲ ਜੋੜੋ, ਕਿਉਂਕਿ ਫਿਟਨੈਸ ਬਹੁਤ ਜ਼ਰੂਰੀ ਆ। ਜੇ ਉਹ ਫਿਟ ਰਹਿਣਗੇ, ਫਿਜ਼ੀਕਲ ਥਿਊਰੀ ਇਹ ਕਹਿੰਦੀ ਆ ਵੀ ਜਿਸ ਬੰਦੇ ਨੇ ਕੋਈ ਕੰਪੀਟੀਸ਼ਨ ਨਹੀਂ ਲੜਨਾ ਉਹ 3 ਕਿਲੋਮੀਟਰ ਘੱਟੋ ਘੱਟ ਜੋਗਿੰਗ ਜ਼ਰੂਰ ਕਰੇ ਜੀ, ਇਹ ਫਿਜ਼ੀਕਲ ਦੀ ਥਿਊਰੀ ਆ, ਡਾਕਟਰ ਦੇ ਨਹੀਂ ਜਾਊਗਾ। ਇਸ ਕਰਕੇ ਮਾਂ ਪਿਓ ਨੂੰ ਮੇਰੇ ਇਹ ਕਹੂੰਗਾ, ਸਾਰੇ ਮਤਲਬ ਸਾਰੇ ਆਪਣੀ ਕੌਮ ਨੂੰ ਇਹ ਕਹੂੰਗਾ ਵੀ ਘੱਟ ਵੱਧ ਤੋਂ ਵੱਧ ਸਪੋਰਟਸ ਨਾਲ ਜੁੜੋ, ਆਪਣੇ ਆਪ ਨੂੰ ਫਿਟ ਰੱਖੋ, ਕਿਉਂਕਿ ਅੱਜ ਕੱਲ੍ਹ ਸਾਡੇ ਲੋਕ ਜਿਹੜੇ ਖੇਡਾਂ ਨਾਲ ਟੁੱਟ ਗਏ ਆ ਤੇ ਬਿਮਾਰੀਆਂ ਨੂੰ ਆ ਗਏ, ਕਿਉਂਕਿ ਇੰਨੇ ਹਸਪੀਟਲ ਖੁੱਲ ਗਏ ਹੈਗੇ ਆ ਸਾਰੇ ਬਿਮਾਰੀਆਂ, ਕਿਉਂਕਿ ਆਪਾਂ ਗਰਾਊਂਡਾਂ ਨਾਲੋਂ ਟੁੱਟ ਗਏ ਆ। ਚਲੋ ਫੇਰ ਵੀ ਸਾਡੀ ਇੱਕ ਜਾਗਤੀ ਆਈ ਆ ਵੀ ਹੁਣ ਬੱਚੇ ਕੁਛ ਮਾਂ ਪੇ ਕੁਛ ਬੱਚੇ ਕੁਛ ਸੜਕਾਂ ਤੇ ਸੈਰ ਕਰਨ ਨਿਕਲੇ ਆ ਜੀ, ਜਿੱਦਾਂ ਅਗੇ ਬਾਹਰਲੇ ਕੰਟਰੀਆਂ ਦੇ ਆਉਂਦੇ ਹੁੰਦੇ ਸੀ ਉਹ ਸੜਕਾਂ ਤੇ ਸੈਰ ਕਰਦੇ ਹੁੰਦੇ ਸੀ ਸਵੇਰੇ ਸ਼ਾਮ, ਲੋਕਾਂ ਦੀ ਸੜਕਾਂ ਅੱਜਕੱਲ ਭਰੀਆਂ ਪਈਆਂ ਨੇ, ਅੱਜ ਹੁਣ ਵੀ ਸਾਡੇ ਪਿੰਡ ਚਾਹੇ ਉਹ ਪਿੰਡਾਂ 'ਚ ਚਾਹੇ ਸ਼ਹਿਰਾਂ ਦੇ ਵਿੱਚ ਆ ਸਾਰੇ ਹੁਣ ਆਏ ਵੱਲ ਆਉਣ ਲੱਗ ਪਏ ਆ ਜੀ, ਤੇ ਆਪੀ ਫਿਰ ਦੇਖਣ ਲੱਗ ਪਏ ਆ, ਪਰ ਇਹ ਵੀ ਆ ਵੀ ਮਾਂ ਪਿਓ ਆਪਣੇ ਬੱਚਿਆਂ ਨੂੰ ਘੱਟੋ ਘੱਟ ਗਰਾਊਂਡ ਨਾਲ ਜ਼ਰੂਰ ਜੋੜਨ ਜੀ। ਕੋਚ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸਾਨੂੰ ਸਮਾਂ ਦੇਣ ਲਈ। ਸ਼ੁਕਰੀਆ ਜੀ, ਧੰਨਵਾਦ ਤੁਹਾਡਾ।
ਤੁਸੀਂ ਮੈਨੂੰ ਇੰਨਾ ਮਾਣ ਦਿੱਤਾ। ਨਹੀਂ ਨਹੀਂ ਸਾਡਾ ਫਰਜ਼ ਬਣਦਾ ਜੀ, ਆਪਣੇ ਏਰੀਆ ਦੇ ਜਿਹੜੇ ਵੀ ਸਪੋਰਟਸ ਨਾਲ ਸੰਬੰਧਿਤ ਹੈਗੇ ਆ ਉਹਨਾਂ ਨੂੰ ਆਪਾਂ ਆਪਣੇ ਚੈਨਲ ਤੇ ਲੈ ਕੇ ਆਈਏ। ਠੀਕ ਹੈ, ਥੈਂਕ ਯੂ ਦੋਸਤੋ। ਇਹ ਸਨ ਸਾਡੇ ਨਾਲ ਕੁਲਵੰਤ ਕੋਸਰ ਜੀ, ਜਿਹੜਾ ਆਸ ਕਰਦੇ ਕਿ ਸਾਡੀਆਂ ਪਹਿਲੀਆਂ ਵੀਡੀਓ ਵਾਂਗੂ ਸਾਡੀ ਅੱਜ ਦੀ ਵੀਡੀਓ ਨੂੰ ਵੀ ਤੁਸੀਂ ਪਿਆਰ ਦਿਓਗੇ, ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਕਮੈਂਟ ਕਰਕੇ ਥੱਲੇ ਜ਼ਰੂਰ ਦੱਸਣਾ ਕਿ ਅੱਜ ਦੀ ਗੱਲਬਾਤ ਕਿਹੋ ਜਿਹੀ ਲੱਗੀ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਸ਼ੁਕਰੀਆ ਜੀ।